ਅਸਲਾਮ ਵਾਲੇਕੁਮ ਤਮਾਮ ਤਖਨੇ ਸੁਣਿਆ ਲਿਆ ਕਿ ਉਮੀਦ ਕਰਨਾ ਸਭ ਖੈਰੀਅਤ ਨਾਲ ਸੋ ਅੱਲਾ ਪਾਕ ਨੇ ਇਮਾਨ ਵਿੱਚ ਸੋ ਅੱਜ ਮੌਜੂਦ ਹਾਂ ਮਲਾ ਗਿੱਲੀਆਂ ਦੇ ਅੰਦਰ ਕੁਛ ਮਕਾਨ ਪਰ ਖਲਤੇ ਵੇ ਹਾਂ ਅਤੇ ਇੱਕ ਸਾਡੇ ਨਾਲ ਸਫੈਦ ਪੋਸ਼ ਬੰਦਾ ਵੈ ਮਜ਼ਦੂਰ ਵੀ ਹੈ ਔਰ ਇਸਨੇ ਦੇ ਲਾਇਸੈਂਸ ਵੀ ਹੋਏ ਗਏ ਨੇ ਗੁਰਦੇ ਨੇ ਅਤੇ ਇਸਨੇ ਕੋਲ ਜਾਈਦਾ ਤਾਂ ਥੋੜ੍ਹੀ ਬਹੁਤੀ ਤੁਹਾਨੂੰ ਕੀ ਮਾਲੂਮਾਤ ਵੀ ਦੇਣੀਆਂ ਅਤੇ ਨਾਲ ਪੁੱਛਣੇ ਪਾਉਂਦੇ ਹਾਂ ਅਤੇ ਵੀਡੀਓ ਐਂਡ ਜੀਆਂ ਤੱਕ ਇਨਸ਼ਾਅੱਲਾ ਤੁਸਾਂ ਕੀ ਦੱਸ ਰਹੀਆਂ ਵੀਡੀਓ ਅੰਦਰ ਮਿਲਦੇ ਹਾਂ ਭਾਈ ਹੋਰਾਂ ਨਾਲ ਮੀਰਪੁਰ ਤੋਂ ਮੀਰਪੁਰ ਤੋਂ ਤਾਂ ਇਹ ਗੱਡੀ ਵਗੈਰਾ ਕਿਸ ਤਰ੍ਹਾਂ ਗੱਡੀ ਨਾ ਕਰੇ ਇਹ ਅਲਫਾ ਲਾ ਲੈਂਦੇ ਨੇ ਗੱਡੀ ਦੇਣੇ ਜੀ ਤੇ ਮਤਲਬ ਉਹ ਸਾਂ ਕਰਿਆ ਹੋਗਾ ਤਾਂ ਕੋਈ ਨਹੀਂ ਹਫਤੇ ਦੋ ਦਫਾ ਕਰਨੇ ਜੀ ਹਫਤੇ ਚ ਦੋ ਦੋ ਵਿਲਚੇਅਰ ਵੀ ਅਲਫਾ ਲਾ ਲੈਂਦੇ ਜੀ ਅੱਛਾ ਠੀਕ ਤੇ ਇਸ ਨਾਲ ਠੀਕ ਹੈ ਮਤਲਬ ਤੁਸਾਂ ਭਾਈ ਅਸੀਂ ਨਾ ਜਿਹੜਾ ਨਾ ਇਹ ਇਲਾਜ ਤਾਂ ਇਸ ਤਰ੍ਹਾਂ ਕਿਸ ਤਰ੍ਹਾਂ ਜਿਹੜਾ ਨਾ ਕਰਾਉਣੇ ਕਿਸ ਤਰ੍ਹਾਂ ਖਰਚਾ ਕਿਸ ਤਰ੍ਹਾਂ ਅਖਰਾਜਾਤ ਕਿਸ ਤਰ੍ਹਾਂ ਟੁਰਨੇ ਜੇ ਕੁਝ ਜਿਨ੍ਹਾਂ ਨੇ ਰਹਿਣੇ ਆ ਉਹ ਵੀ ਮਦਦ ਕਰੀ ਰਹੇ ਨੇ ਕੁਝ ਭੈਣ ਭਰਾ ਯਾਨੀ ਕਿ ਹੋਰ ਵੀ ਮਦਦ ਕਰੀ ਰਹੇ ਨੇ ਸਾਰੇ ਜਿਤਨੀ ਜਿਤਨੀ ਤਫੀਕ ਹੈ ਤਾਲਾ ਪਾ ਕਰ ਕੁਛ ਦਿਆ ਦੇਣੇ ਜੋ ਆ ਠੀਕ ਹੈ ਸੁਣਿਆ ਉਹ ਇਹਨਾਂ ਨੇ ਹੈਲਪ ਕਰਨਾ ਬਿਲਕੁਲ ਕਰਨੇ ਠੀਕ ਹੈ ਮਤਲਬ ਤੁਸਾਂ ਇਲਾਜ ਹੋ ਰਿਹਾ ਇਲਾਜ ਹੋ ਰਿਹਾ ਇਸ ਘਰਾਂ ਨੇ ਜਿਹੜੇ ਆਪਣੇ ਕਹ ਨਾਗ ਨੇ ਆਜੀ ਜ਼ੋਰ ਸਾਹਿਬ ਨੇ ਆਜੀ ਜ਼ੋਰ ਹੋ ਰਹਾ ਠੀਕ ਤਾਂ ਉਹ ਵੀ ਤੁਸਾਂ ਨੇ ਯਾਦ ਵਗੈਰਾ ਕੀਤੀ ਹੈ ਜੇ ਹੈਲਪ ਕਰਨੇ ਆ ਰਹੇ ਨੇ ਉਹਨਾਂ ਵੀ ਲੋਕਾਂ ਕੀਤੀ ਹੈ ਉਹਨਾਂ ਤੋਂ ਇਲਾਵਾ ਵੀ ਲੋਕਾਂ ਕੀਤੀ ਹੈ ਉਹਨਾਂ ਨਾਲ ਬੜਾ ਸ਼ੁਕਰੀਆ ਜਿੰਨਾ ਜਨਾਲ ਕੀਤੀ ਹੈ ਮੋੜ ਤਾਂ ਜਾਵੇਦ ਪਸ਼ਕੂਰ ਮਰਾਦ ਇਹ ਇਹਨਾਂ ਇਸ ਘਰਾਂ ਚ ਮੈਂ ਰਹਿਣਾ ਇਹਨਾਂ ਨੇ ਇਹਨਾਂ ਮਾੜੀ ਬਹੁਤ ਮਦਦ ਕੀਤੀ ਹੈ ਸ਼ੁਰੂ ਤੋਂ ਬੜੀ ਮਿਹਰਬਾਨੀ ਫੀਸ ਹੈ ਦਵਾਈਆਂ ਨਾ ਬਾਕੀ ਜਿਹੜਾ ਗੱਡੀ ਭੇਜਣੇ ਨੂੰ ਇਸਰਾਲ ਅਲਫਲਾਲ ਭੇਜਣੇ ਉਹ ਫ੍ਰੀ ਕੁਝ ਵੀ ਨਹੀਂ ਤੇ ਉਥਾਂ ਦਾ ਜਿਹੜਾ 7-8000 ਰੁਪਿਆ ਖਰਚਾ ਹੈ ਜ਼ਿਆਦਾ ਲੱਗੇ 10-15000 ਰੁਪਿਆ ਖਰਚਾ ਠੀਕ 10 ਦਿਨਾਂ ਬਾਅਦ ਜਾਣਾ ਚੈੱਕ ਕਰਾਉਣੇ ਜੀ ਆ ਠੀਕ ਤਾਂ ਭਾਈ ਅਸੀਂ ਨਾ ਤੇ ਉਮਰ ਨੂੰ ਤੁਸੀਂ 21 ਸਾਲ ਗੁਜ਼ਾਰੀ ਗਏ ਉਹ ਬੱਚੇ ਵੀ ਮਾਸ਼ਾਅੱਲਾ ਸੋਹਣੇ ਜਵਾਨ ਹੋ ਗਏ ਜੀ ਆ ਤੇ ਚਲੋ ਇਹ ਅੱਲਾ ਪਾਕ ਦੀ ਤਰਫੋਂ ਜਣਾ ਇੱਕ ਇਮਤਿਹਾਨ ਹੋਣਾ ਬਿਮਾਰੀ ਵੀ ਜਣਾ ਨੂੰ ਦੇਣਾ ਜੀ ਆ ਆਪਣਾ ਪੁੱਤਰ ਸਮਝੀ ਦਾ ਭਰਾ ਸਮਝੀ ਦਾ ਠੀਕ ਹੈ ਉਹ ਆਰ ਫਿਰ ਆ ਵੇਲਾ ਜਿਲ੍ਹਾ ਮਾੜੇ ਪ੍ਰੇਸ਼ਨ ਹੋਏ ਮਦਦ ਕੀਤੀ ਹੈ ਮਾਸ਼ਾਅੱਲਾ ਕਿਤਨੇ ਤੁਹਾਨੂੰ ਬੱਚੇ ਨੇ
ਚਾਰ ਬੱਚੇ ਆਪਣੇ ਆਪਣੇ ਘਰਾਂ ਚ ਹੋ ਗਏ ਜੀ ਆਪਣੇ ਆਪਣੇ ਘਰ ਇੱਕ ਨਾ ਰਹਿਣਾ ਇਹ ਨਾ ਰਹਿਣਾ ਹਾਂ ਚਲੋ ਦੋ ਨਿੱਕੀਆਂ ਨੂੰ ਸ਼ਾਦੀ ਸ਼ੁਦਾ ਠੀਕ ਹੈ ਜੀ ਮਤਲਬ ਵੱਖਰੋ ਵੱਖਰੇ ਘਰਾਂ ਵਿੱਚ ਇਸ ਲਈ ਜੇ ਤੁਸੀਂ ਮਾਈ ਬਾਪ ਨਾਲ ਤੁਸੀਂ ਬਿਲਕੁਲ ਤੁਸੀਂ ਖਿਆਲ ਰੱਖੀ ਦਿਓ ਤੁਸੀਂ ਵਾਲਦ ਹੈ ਜਿਹੜਾ ਇਸ ਹਾਲਤ ਹੈ ਜਾਂ ਤੁਸੀਂ ਤੁਸੀਂ ਕਦੇ ਔਖਤਾ ਇਹਨੂੰ ਜਾਂ ਕੋਈ ਕੋਈ ਇਹਨੇ ਆਖਿਆ ਵੀ ਜਿਹੜਾ ਹੁਣ ਲੋਕੀ ਜਦੋਂ ਮੈਂ ਤੰਗ ਆਈ ਆ ਨਾ ਜੇ ਕੀ ਆ ਅੱਲਾ ਦੇ ਹੁਕਮ ਹੈ ਨਾ ਜਿਤਨੀ ਉਸ ਇਤਨੀ ਡਿਫਟੀ ਦੇ ਸਾਂ ਮਾਸ਼ਾਅੱਲਾ ਅੱਲਾ ਪਾਕ ਨੇ ਜਿਹੜਾ ਨਾ ਜੰਨਤ ਜਿਹੜੀ ਆ ਨਾ ਉਹ ਮਾਂ ਬਾਪ ਨੇ ਕਦਮਾਂ ਚ ਬਿਲਕੁਲ ਤੁਸੀਂ ਕੋਸ਼ਿਸ਼ ਕਰਨੀ ਆ ਜਿਹੜਾ ਇਹਨਾਂ ਨਾਲ ਦਿਲ ਨਾ ਦਿਖਾਓ ਇਹਨਾਂ ਦਾ ਖਿਆਲ ਰੱਖਣਾ ਹੈ ਖੈਰ ਕਰਸਨ ਇੱਕ ਹਫਤੇ ਚ ਦੋ ਦਫਾ ਨਿਰਪਤ ਜਾਣੇ ਨਾ ਡਿਲਾਈਸਿਸ ਕਰਾਉਣੇ ਵਾਸਤੇ ਔਰ ਤਕਰੀਬਨ ਇਹਨਾਂ ਨਾਲ 15,000 ਜਾਂ 20,000 ਰੁਪਈਆ ਇਹਨਾਂ ਨਾਲ ਖਰਚਾ ਵੈ ਕੋਈ ਬੰਦਾ ਅਗਰ ਸਪੋਰਟ ਕਰਨਾ ਚਾਹੇ ਤਾਂ ਇਹ ਟੱਕੀ ਸਕਣੀ ਹੋਏ ਇਹ ਜਾਣਾ ਵੀ ਕਿਆ ਕੁਝ ਕੰਮ ਕਰਨੇ ਸਾਂ ਆਸਾਂ ਜੀ ਇਹ ਮਜ਼ਦੂਰੀ ਦਿਹਾੜ ਵਗੈਰਾ ਲੱਗੀ ਗਈ ਤੁਸੀਂ ਅਜੇ ਸ਼ਾਦੀ ਨਹੀਂ ਕੀਤੀ ਚਲੋ ਅੱਲਾ ਖੈਰ ਕਰਿਆ ਤਾਂ ਅੱਲਾ ਪਾਕ ਤੁਸਾਂ ਕੀ ਵਾਲਦ ਨੇ ਵਾਲਦੇ ਨੇ ਤਫੈਲ ਜਿਹੜਾ ਅੱਲਾ ਪਾਕ ਇਹ ਸਾਨੂੰ ਬਖਸ਼ਿਆ ਸਾਂ ਜ਼ਰੀਆ ਬਣਾ ਸੀ ਔਰ ਉਮਰ ਕਿਤਨੀ ਹੈਗੀ ਆ ਸਣੀ 52 ਸਾਲ ਤੁਸੀਂ ਪਤਾ ਬਈ ਉਮਰਾਂ ਜਿਹੜੀਆਂ ਨਾ ਬੁੱਢੇ ਬੁੱਢੇ ਹੋਣੇ ਸਨ 100-100 ਤੋਂ ਸਾਲ ਉੱਪਰ ਹੋਣੇ ਸਨ ਤੇ ਇਸ ਵੇਲੇ ਜਿਹੜਾ ਨਾ ਤਕਰੀਬਨ 50-55 ਇਸ ਤੋਂ ਉੱਪਰ ਉਮਰ ਜਾਣੀ ਨੀ ਇਸ ਨੇ ਅੰਦਰ ਹੀ ਜਿਹੜਾ ਨਾ ਬਿਮਾਰੀਆਂ ਲੱਗੀ ਜਾਣੀਆਂ ਮੈਂ ਤਾਂ ਸਾਰਿਆਂ ਦਾ ਦੁਆ ਮੰਗਣਾ ਜਿੰਨਾ ਹਲਪ ਕੀਤੀ ਹੈ ਸਾਰਿਆਂ ਉਹਨਾਂ ਦੀ ਅੱਲਾ ਬਣਦਾ ਹੈ ਮਕਾਨ ਵੀ ਦਿੱਤੇ ਸਦਾਨੇ ਪੈਸੇ ਬਣਾ ਰਹੇ ਜਿਹੜਾ ਮਰਾਜ ਉਸਨੇ ਬੱਚਾ ਨਿੱਕਾ ਜਿਹਾ ਪਾਲਿਆ ਸੀ ਇਥੇ ਨੇਕੀਆਂ ਕੀਤੀਆਂ ਅੱਲਾ ਪਾਕ ਤੁਸਾਂ ਕੀ ਸਿਹਤ ਦੇਣ ਅੱਲਾ ਪਾਕ ਤੁਸਾਂ ਕੀ ਆਪਣੀ ਹਿਫਜ਼ ਇਮਾਨ ਵਿੱਚ ਰੱਖਣ ਤੇ ਆਸਾਨੀ ਦੁਆ ਹੈ ਅੱਲਾ ਪਾਕ ਜਿਨ੍ਹਾਂ ਦਿਨ ਤੇ ਅਗਰ ਕੋਈ ਬੰਦਾ ਅਗਰ ਕੋਈ ਬੰਦਾ ਸੁਣਾ ਅਗਰ ਰਾਬਤਾ ਕਰਨਾ ਚਾਹੇ ਵੀ ਤੁਸੀਂ ਵਾਲਦ ਦੀ ਹੈਲਪ ਵਾਸਤੇ ਲੱਗਿਆ ਕੋਈ ਨੰਬਰ ਦੇ ਸੋ ਨੰਬਰ ਲਿਖੋ ਜੀ 03185547747 ਇਹ ਜ਼ੋਨ ਨੰਬਰ ਠੀਕ ਹੋ ਗਿਆ ਜੀ ਇਸ ਭਾਈ ਹੋਰਾਂ ਨੰਬਰ ਆਪਣਾ ਦੇ ਛੋੜਿਆ ਜੀ ਅਗਰ ਕੋਈ ਬੰਦਾ ਇਸ ਇਹਨਾਂ ਭਾਈ ਹੋਰਾਂ ਕੋਈ ਹੈਲਪ ਕਰਨਾ ਚਾਹੇ ਤਾਂ ਅੱਗੇ ਸਕਦੇ ਸਾਂ ਇਸੇ ਨਾਲ ਹੀ ਚਾਹਾਂ ਜੀ ਇਜਾਜ਼ਤ ਤਮਾਮ ਤੱਕ ਨੇ ਸੁਣਨੇ ਲੱਗੀ ਵਾਲਦਾ ਰਹੋ।